20 ਸਾਲ ਬਾਅਦ ਵੀ ਪਹੁੰਚ ਗਿਆ। ਉਹ ਯਕੀਨ ਕਰ ਬਿੱਲੋ, ਤੂੰ ਪੀਸੀਜੀ ਸੈਂਟਰ ਵਿੱਚ ਪਹਿਲੀ ਹੈ ਉਹ ਜਿਹਨੇ ਮੈਨੂੰ ਆਸਾਨ ਬਾਸ਼ ਕੀਤਾ ਹੈ। ਉਹ ਨਹੀਂ ਤਾਂ ਜਿਹੜਾ ਹੀ ਆਉਂਦਾ ਮੇਰੀ ਬੇਇੱਜ਼ਤੀ ਕਰਕੇ ਤੇ ਆਉ ਜਾਂਦਾ ਪਿਆ। ਛੱਡ ਵੀ ਫੌਜੀਆ, ਇੱਜ਼ਤ ਬੇਇੱਜ਼ਤੀ ਆਉਣ ਜਾਣ ਵਾਲੀ ਸ਼ਹਿਰ ਦੀ ਉਰਾ ਮੇਰੀ ਗੱਲ ਸੁਣ। ਤੂੰ ਮੇਰੇ ਨਾਲ ਕਿੰਨਾ ਪਿਆਰ ਕਰਨਾ ਹੈ? ਬਿੱਲੋ ਮੈਂ ਤੇਰੇ ਨਾਲ ਬਹੁਤ ਪਿਆਰ ਕਰਨਾ। ਆਹਰ ਕਿੰਨਾ ਪਿਆਰ ਕਰਨਾ ਹੈ ਆਪਣੇ ਫੌਜੀ ਭਾਈਆਂ ਨੂੰ ਵੀ ਤੇ ਦੱਸ। ਬਿੱਲੋ ਮੈਂ ਤੇਰੇ ਨਾਲ ਇੰਨਾ ਪਿਆਰ ਕਰਨਾ ਜਿੰਨਾ ਜੇਸੀ ਉਹ ਸਬਾਨ ਟੀ ਬ੍ਰੇਕ ਨਾਲ ਕਰਦੇ ਨੇ, ਜਿੰਨਾ ਪਠਾਨ ਨਿਸਵਾਰ ਨਾਲ ਕਰਦੇ ਨੇ, ਹੋਰ ਤੇ ਹੋਰ ਜਿੰਨਾ ਰਿਕਰੂਟ ਪੀ ਲੀਵ ਨਾਲ ਕਰਦੇ ਨੇ। ਛੱਡ ਵੀ ਫੌਜੀਆਂ ਦੀਆਂ ਗੱਲਾਂ ਨੂੰ, ਤੂੰ ਇਹ ਦੱਸ ਤੂੰ ਮੇਰੇ ਵਾਸਤੇ ਕੀ ਕਰ ਸਕਦਾ? ਬਿੱਲੋ ਮੈਂ ਤੇਰੇ ਵਾਸਤੇ ਬਹੁਤ ਕੁਝ ਕਰ ਸਕਦਾ। ਇਹ ਦੱਸ ਵੀ ਸਹੀ ਕਰ ਕੀ ਸਕਦੇ, ਆਖੀ ਜਾਂਦੇ ਕੀ ਕਰ ਸਕਦੇ? ਉਹ ਬਿੱਲੋ ਮੈਂ ਤੇਰੇ ਵਾਸਤੇ ਪਿੱਛੇ ਐਮਟੀ ਦਾ ਸਾਰਾ ਤੇਲ ਪੀ ਸਕਦਾ। ਵੇ ਫੌਜੀਆ, ਅੱਗੇ ਤੇਰਾ ਬੇੜਾ ਗਰਕ ਹੋਇਆ, ਅੱਗੇ ਥੋੜਾ ਕਾਲਾ ਜਿਹੜਾ ਐਮਟੀ ਦਾ ਤੇਲ ਪੀ ਸਕਦਾ। ਬਿੱਲੋ ਹੁਸ਼ਿਆਰ ਹੁਣ ਠੀਕ ਹੈ, ਥੋੜਾ ਜਿੰਨਾ ਫਰੀ ਸਿਰ ਤੇ ਚੜ ਗਈ ਹੈ, ਹੋਰ ਤੇ ਹੋਰ ਸੀਓ ਸਾਹਿਬ ਨੂੰ ਕਹਿ ਕੇ ਤੈਨੂੰ ਮੈਂ ਪਿੱਠੂ ਵੀ ਲਵਾ ਸਕਦਾ। ਫੌਜੀਆ ਪਿੱਠੂ ਕੀ ਹੁੰਦਾ ਹੈ? ਉਹ ਪਾਗਲੇ ਇੱਕ ਅੱਠਾ ਬਣਿਆ ਹੁੰਦਾ ਹੈ, ਪਿੱਛੇ ਇੱਕ ਜੋਲਾ ਹੁੰਦਾ ਹੈ, ਉਹਦੇ ਚ ਪੰਜ ਸੱਤ ਇੱਟਾਂ ਬਣੀ ਹੁੰਦੀਆਂ ਨੇ ਤੇ ਐਵੇਂ 24 ਘੰਟੇ ਖੋਤੇ ਵਾਂਗ ਘੁੰਮੀਦਾ ਹੈ। ਐਵੇਂ ਫੌਜੀ ਗੱਲਾਂ ਬਣੀਆਂ ਹੋਈਆਂ ਨੇ। ਛੱਡ ਵੇ ਫੌਜੀ ਇਹਨਾਂ ਗੱਲਾਂ ਨੂੰ, ਤੂੰ ਇਹ ਦੱਸ ਤੂੰ ਮੇਰੇ ਨਾਲ ਵਿਆਹ ਕਰਾਣਾ ਹੈ ਨਾ? ਬਿੱਲੋ ਹੋਰ ਇੱਥੇ ਮੈਂ ਪੀਟੀ ਟੈਸਟ ਦੇਣ ਆਇਆ। ਤੂੰ ਕਹਿੰਦੀ ਹੈ 10 ਵਜੇ